ਸ਼੍ਰੋਮਣੀ ਕਮੇਟੀ ਦੇ ਖਿਲਾਫ ਉਸ ਨੂੰ ਦਿਖਾਇਆ ਜਾ ਰਿਹਾ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਵਿੱਚ ਨਿਹੰਗ ਸਿੰਘ ਫੌਜਾਂ ਮੌਜੂਦ ਨੇ। ਸੋ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਵੱਡੀ ਗਿਣਤੀ ਮੌਜੂਦ ਹੈ, ਜਿਨ੍ਹਾਂ ਨੇ ਸੰਗਤ ਨੂੰ ਜ਼ਮੀਨ ਦੇ ਵਿੱਚ ਜਾਣ ਤੋਂ ਜਿਹੜਾ ਰੋਕ ਦਿੱਤਾ ਹੈ, ਯਾਨੀ ਕਿ ਦੋਵੇਂ ਧਿਰਾਂ ਦਾ ਜਿਹੜਾ ਟਕਰਾਅ ਹੋਣ ਤੋਂ ਰੋਕਣ ਦੇ ਲਈ ਪੁਲਿਸ ਪ੍ਰਸ਼ਾਸਨ ਵਿਚਕਾਰ ਜਿਹੜਾ ਕੰਧ ਬਣ ਕੇ ਖਲੋਤਾ ਹੋਇਆ ਹੈ। ਸੋ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਪੂਰਾ ਸਮਾਜ ਹੈ ਉਹ ਆਪਣੀ ਜਿਹੜੀ ਕਾਰਵਾਈ ਪਾਉਣ ਦੇ ਲਈ ਤਿਆਰ ਹੈ, ਯਾਨੀ ਕਿ ਸਮਾਜ ਦੇ ਵੱਲੋਂ ਜਿਹੜਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਜਿਹੜਾ ਸਮਾਜ ਹੈ ਉਹ ਸ਼੍ਰੋਮਣੀ ਕਮੇਟੀ ਨੂੰ ਦਿਖਾਉਣ ਦੇ ਲਈ अपना जिहड़ा हक अपनी जिहड़ी प्रॉपर्टी दे अपने रहिबरां दी जिहड़ी जायदाद ते जताउण दे लई पूरा जिहड़ा समाज एकत्र होया। तुसीं देख सकदे हो ਇਹ ਜਿਹੜਾ ਸਮਾਜ ਇੱਥੇ ਇਕੱਤਰ ਹੋਇਆ ਤੇ ਆਗੂ ਸਾਹਿਬਾਨਾਂ ਦੇ ਵੱਲੋਂ ਸਮਾਜ ਨੂੰ ਜਿਹੜਾ ਪਿੱਛੇ ਮੋੜ ਲਿਆ ਗਿਆ ਤੇ ਕਿਉਂਕਿ ਮੀਟਿੰਗ ਨਾਲ ਜਿਹੜਾ ਗੱਲਬਾਤ ਜਾਰੀ ਹੈ। ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕੰਧ ਬਣ ਕੇ ਕਮਾਂਡੋ ਫੋਰਸਾਂ ਨੇ ਗਈਆਂ, ਹੋਰ ਜਿਹੜੀਆਂ ਆਪਾਂ ਸਪੈਸ਼ਲ ਰੈਪਿਡ ਫੋਰਸ ਜਿਹੜੀ ਆ ਇੱਥੇ ਤੈਨਾਤ ਕੀਤੀ ਗਈ ਹੈ। ਇਹ ਜਾਨੀ ਕਿ ਉਧਰ ਜ਼ਮੀਨ ਨੂੰ ਜਾਂਦਾ ਜਿਹੜਾ ਇਹ ਰਸਤਾ ਗਾ, ਇਸ ਤੋਂ ਨੀਚੇ ਜਿਹੜੀ ਉਹ ਜ਼ਮੀਨ ਹੈ ਜਿਸ ਦੇ ਉੱਪਰ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕੀਤਾ ਹੋਇਆ, ਜਿਸ ਦੇ ਉੱਪਰ ਜਿਹੜੇ ਦਰਖਤ ਪੱਟੇ ਜਾ ਰਹੇ ਨੇ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਕਬਜ਼ਾ ਕਰਕੇ ਆਪਣੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਮੀਟਿੰਗ ਕਰਕੇ ਗੱਲਬਾਤ ਨੂੰ ਸੁਲਝਾਉਣ ਦਾ ਜਿਹੜਾ ਢੋਂਗ ਕੀਤਾ ਜਾ ਰਿਹਾ। ਸੋ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇੰਨੀ ਸਿੱਖ ਧਰਮ ਦੀ ਸਰਮੌਰ ਸੰਸਥਾ ਜਿਹੜੀ ਇੰਨੇ ਸ਼ਰਮਨਾਕ ਕਾਰੇ ਤੇ ਉਤਰ ਆਈ ਹੈ। ਇਸੇ ਕਰਕੇ ਸਮਾਜ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਅੱਜ ਕੇ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਮਾਜ ਇੱਥੇ ਮੌਜੂਦ ਹੈ। ਸੋ ਦੋਸਤੋ ਜੈ ਭੀਮ ਜੈ ਭਾਰਤ ਦੇ ਜਿਹੜੇ ਨਾਅਰੇ ਲਗਾਏ ਜਾ ਰਹੇ ਨੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦੇ, ਤੇ ਜਿਹੜੇ ਸਮਾਜ ਦੇ ਨਾਮਵਰ ਚਿਹਰੇ ਨੇਗੇ ਉਹ ਸਮਾਜ ਨੂੰ ਜਿਹੜਾ ਪਿੱਛੇ ਮੋੜ ਕੇ ਦਿਖਾਇਆ ਨਜ਼ਰ ਆਉਂਦੇ ਨੇ। ਸੋ ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਇਸ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਖੜਿਆ। ਸੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਲੋਕਾਂ ਦੇ ਵਿੱਚ ਰੋਹ ਹੈ ਤੇ ਸ਼੍ਰੋਮਣੀ ਕਮੇਟੀ ਦੇ ਖਿਲਾਫ ਜਿਹੜੀ ਰੱਜ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਹੈ ਜਿਹੜਾ ਉਹ ਕਿਤੇ ਨਾ ਕਿਤੇ ਸ਼੍ਰੋਮਣੀ ਕਮੇਟੀ ਦਾ ਪੱਖ ਘੂਰਦਾ ਹੋਇਆ ਨਜ਼ਰ। ਪਰ ਇੱਕ ਗੱਲ ਜੇ ਆਪਾਂ ਗਿਣੀਏ ਤਾਂ ਪ੍ਰਸ਼ਾਸਨ ਵੱਲੋਂ ਦੋਵੇਂ ਧਿਰਾਂ ਦਾ ਜਿਹੜਾ ਟਕਰਾਅ ਹੋਣ ਤੋਂ ਰੋਕਣ ਦੇ ਲਈ ਜਿਹੜਾ ਇੱਕ ਦੀਵਾਰ ਜਿਹੜੀ ਖੜੀ ਕਰ ਦਿੱਤੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਵਾਲੀ ਜ਼ਮੀਨ ਤੇ ਸਮਾਜ ਦੇ ਵਿਚਕਾਰ। ਸੋ ਦੋਸਤੋ ਇਸੇ ਤਰ੍ਹਾਂ ਲਾਈਵ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ, ਲਾਈਵ ਜੁੜੇ ਰਹੋ, ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ। ਸੋ ਦੋਸਤੋ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਵਾਂਗੇ ਕਿ ਮੁਲਾਜ਼ਮ ਕਵਾਟਰਾਂ ਦੇ ਵਿੱਚ ਖੜੇ ਤਮਾਸ਼ਾ ਦੇਖ ਰਹੇ ਨੇ, ਦੂਸਰੇ ਮੁਲਾਜ਼ਮ ਆ ਜਿਹੜੇ ਕਿ ਬੈਕ ਸਾਈਡ ਤੇ ਹੋ ਕੇ ਸਾਰਾ ਤਮਾਸ਼ਾ ਦੇਖ ਰਹੇ ਨੇ, ਉਹ ਸਾਹਮਣੇ ਸ਼੍ਰੋਮਣੀ ਕਮੇਟੀ ਦੇ ਕਵਾਟਰਾਂ ਦੇ ਵਿੱਚ ਖੜੇ ਜਿਹੜੇ ਮੁਲਾਜ਼ਮ ਨਜ਼ਰ ਆ ਰਹੇ ਨੇ, ਉਹ ਸਾਹਮਣੇ ਕਾਫੀ ਜਿਹੜੀ ਜਗ੍ਹਾ ਤੇ ਬਾਲਕੋਨੀਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੇ ਖੜੇ ਨਜ਼ਰ ਆ ਰਹੇ ਨੇ। ਸੋ ਜਿੰਨਾ ਵੀ ਕਰ ਸਕਦੇ ਹੋ ਸਮਾਜ ਤੱਕ ਇਹ ਗੱਲ ਜਾਣੀ ਚਾਹੀਦੀ ਹੈ, ਜਿਹੜੇ ਸਾਥੀ ਸਾਡੇ ਘਰਾਂ ਦੇ ਵਿੱਚ ਮੌਜੂਦ ਨੇ ਉਹਨਾਂ ਤੱਕ ਇਹ ਗੱਲ ਜਾਣੀ ਚਾਹੀਦੀ ਹੈ ਕਿ ਸਮਾਜ ਦੇ ਜਿਹੜੇ ਜੁਝਾਰੂ ਸਾਥੀ ਨੇ ਉਹ ਮੌਕੇ ਵਾਲੀ ਜਗ੍ਹਾ ਤੇ ਆ ਕੇ ਜਿਹੜੇ ਤੈਨਾਤ ਹੋ ਚੁੱਕੇ ਨੇ। ਅਨਸਰਾਂ ਦੀ ਜਿਹੜੀ ਭਣਕ ਲੱਗ ਚੁੱਕੀ ਹੈ, ਸਮਾਜ ਦੇ ਜਿਹੜੇ ਸੂਝਵਾਨ ਸਾਥੀ ਨੇ ਉਹਨਾਂ ਨੂੰ ਸ਼ਰਾਰਤੀ ਅਨਸਰਾਂ ਦੀ ਜਿਹੜੀ ਭਣਕ ਲੱਗ ਚੁੱਕੀ ਹੈ, ਇਸ ਕਰਕੇ ਉਹਨਾਂ ਨੇ ਆਪਣੇ ਜਿਹੜੀ ਕੌਮ ਦਾ ਨੁਕਸਾਨ ਜਾਂ ਟਕਰਾਅ ਹੋਣ ਤੋਂ ਰੋਕਣ ਦੇ ਲਈ ਉਹਨਾਂ ਨੂੰ ਪਿੱਛੇ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਆ। ਸੋ ਤੁਸੀਂ ਦੇਖ ਸਕਦੇ ਹੋ ਕਿੰਨੀ ਸੂਝ ਬੂਝ ਦੇ ਨਾਲ ਇਸ ਜਿਹੜਾ ਟਕਰਾਅ ਨੂੰ ਰੋਕਿਆ ਜਾ ਰਿਹਾ। ਸੋ ਤੁਸੀਂ ਦੇਖ ਸਕਦੇ ਹੋ ਉੱਥੇ ਬਾਬਾ ਜੀ ਜਿਹੜੇ ਗੱਲਬਾਤ ਕਰਨ ਦੇ ਲਈ ਪਹੁੰਚੇ ਨੇ। ਸੋ ਤੁਸੀਂ ਦੇਖ ਸਕਦੇ ਹੋ
ਸੋ ਦੋਸਤੋ ਐਸ ਐਸ ਪੀ ਸਾਹਿਬ ਇੱਥੇ ਖੁਦ ਮੌਜੂਦ ਨੇ ਉਹ ਜਿਹੜੇ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਪੂਰੇ ਯਤਨ ਕਰ ਰਹੇ ਨੇ ਸੋ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋਵਾਂ ਧਿਰਾਂ ਦਾ ਜਿਹੜਾ ਟਕਰਾਅ ਹੋਣ ਤੋਂ ਰੋਕਣ ਦੇ ਲਈ ਬਹੁਤ ਜਿਹੜੇ ਯਤਨ ਕੀਤੇ ਜਾ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਇਸ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਇੱਕ ਕੰਧ ਦੀ ਤਰ੍ਹਾਂ ਜਿਹੜਾ ਇੱਥੇ ਵਿੱਚ ਤੈਨਾਤ ਹੋ ਚੁੱਕਿਆ ਹੈ ਕਿਉਂਕਿ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੀਆਂ ਟਾਸਕ ਫੋਰਸਾਂ ਨੇ ਇਸ ਪਾਸੇ ਜਿਹੜਾ ਪੂਰਾ ਸਮਾਜ ਹੈ ਜਿਹੜਾ ਕਿ ਪੂਰੇ ਗੁੱਸੇ ਦੇ ਵਿੱਚ ਹੈ ਸੋ ਇਹਨਾਂ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਸੋ ਸਾਡੀ ਨਜ਼ਰ ਇਸ ਮੌਕੇ ਤੇ ਬਣੀ ਰਹੇਗੀ ਤੁਸੀਂ ਲਾਈਵ ਤੇ ਜੁੜੇ ਰਹਿਣਾ ਸਾਡੇ ਇਸ ਪੇਜ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰੋ ਸੋ ਦੋਸਤੋ ਬਾਣੀ ਲਿਖਣ ਦੀ ਲੋੜ ਕਿਉਂ ਪਈ ਪੇਜ ਨੂੰ ਫੋਲੋ ਕਰੋ ਅਸੀਂ ਸਮਾਜ ਦੀ ਹਰ ਇੱਕ ਅਪਡੇਟ ਦੇ ਨਾਲ ਤੁਹਾਡੇ ਨਾਲ